ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। हेलो एवरीवन, आज के क्वेश्चन ਦੇ ਵਿੱਚ ਅਸੀਂ ਫਾਈਂਡ ਕਰਨੀ ਹੈ ਵੈਲਿਊ 37 ਪਲੱਸ ਆਫ -2 ਪਲੱਸ ਆਫ -65 ਪਲੱਸ ਆਫ -8। ਸੋ ਅਸੀਂ ਇਸ ਦਾ ਸੋਲੂਸ਼ਨ ਦੇਖਦੇ ਹਾਂ। ਸੋ ਸਭ ਤੋਂ ਪਹਿਲਾਂ ਤੇ ਸਾਡੇ ਕੋ ਗਿਵਨ ਕੀ ਹੈ, 37 ਪਲੱਸ ਆਫ -2 ਪਲੱਸ ਆਫ -65 ਐਂਡ ਪਲੱਸ ਆਫ -8। ਹੁਣ ਸਾਨੂੰ ਪਤਾ ਹੈ ਕਿ माइनस माइनस प्लस 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 होता है, माइनस माइनस होता है एंड प्लस माइनस माइनस होता है। सो ये यूज करके असि इस खोल के लिख लेते हैं कि बन जाएगा 37 प्लस माइनस -2 प्लस माइनस -65 एंड प्लस माइनस माइनस ऑफ 8। हूँ की करते हैं असि नैक्सट स्टैप के बॉड मास का रूल जेकर लगाइए ਇਹਨਾਂ ਦੇ ਵਿੱਚੋਂ ਤਾਂ ਕੋਈ ਇੱਥੇ ਆ ਨਹੀਂ ਰਿਹਾ। ਸੋ ਪਹਿਲਾਂ ਕੀ ਹੋਣੀ ਹੈ, ਐਡੀਸ਼ਨ। ਹੁਣ ਕੀ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਅਸੀਂ ਜੋ ਮਾਈਨਸ ਸਾਈਨ ਹੈ ਇਹਨੂੰ ਕਾਮਨ ਕੱਢ ਲੈਂਦੇ ਹਾਂ। ਸੋ ਅੰਦਰ ਸਾਡੇ ਕੋਲ ਕੀ ਬਚ ਜਾਏਗਾ, ਵਿਚ ਇਜ ਇਕੁਅਲ ਟੂ 37, ਮਾਈਨਸ ਸਾਈਨ ਕਾਮਨ ਨਿਕਲ ਗਿਆ, 2 ਪਲੱਸ 65 ਪਲੱਸ 8। ਸੋ ਇੱਥੇ ਕਰ ਦਿੰਦੇ ਹਾਂ ਅਸੀਂ 65 ਪਲੱਸ 8 ਪਲੱਸ 2, 8 प्लस 2 हो गया साढ़े को 10 एंड 15, 5 आ गया 1, सो 75। इट मीनस की करना है असी नेक्स्ट 37 माइनस ऑफ 75। हूँ 37 माइनस 75 करना है, 75 माइनस 37, 15 चो असी 7 निकाले, सो साढ़े को कितना आ गया 8 एंड 6 चो 3 निकाले आ गया 38। सो ਇੱਥੇ ਆ ਜਾਏਗਾ 38। ਬਟ ਇੱਥੇ ਵੱਡੀ ਟਰਮ ਕਿਹੜੀ ਹੈ, 75 ਵੱਡੀ ਟਰਮ ਹੈ, ਉਹਦੇ ਨਾਲ ਸਾਈਨ ਕਿਹੜਾ ਲੱਗਾ ਹੈ ਮਾਈਨਸ ਦਾ। ਸੋ ਇੱਥੇ 37 ਮਾਈਨਸ 75 ਮਾਈਨਸ 38 ਆ ਗਿਆ ਸਾਡੇ ਕੋਲ ਆਨਸਰ। ਥੈਂਕ ਯੂ।